ਸ਼ਿਵਾ ਜੀ ਮਾਇਆ ਨੂੰ ਤੁਹਾਨੂੰ ਅੱਜ ਮੈਂ ਪੱਟਾ ਬੰਨ ਕੇ ਦਿਖਾਉਂਗਾ। ਉਸ ਪੱਟਕੇ ਦੇ ਵਿੱਚ ਮੈਂ ਇੱਕ ਡਿਜ਼ਾਇਨ ਵੀ ਪਾਉਂਗਾ ਜੋ ਪਾਉਣਾ ਬਹੁਤ ਸੌਖਾ ਹੈ। ਅਤੇ ਚਲੋ ਪੱਟਾ ਸ਼ੁਰੂ ਕਰਦੇ ਹਾਂ ਬੰਨਣ। ਸਭ ਤੋਂ ਪਹਿਲਾਂ ਤਾਂ ਪੱਟਕੇ ਨੂੰ ਆਪਣੇ ਸਿਰ 'ਤੇ ਵਿਛਾੜੇ ਰੱਖੋ। ਪੱਟਕੇ ਦਾ ਵਿਛਾੜਾ ਨਾ ਸਿਰ ਨੂੰ ਵਿਛਾੜੇ ਹੋਵੇ, ਦੋਨੇ ਕੰਨੀਆਂ ਬਰਾਬਰ ਹੋਣ। ਅਤੇ ਹਲਕੀ ਤਰ੍ਹਾਂ ਨੂੰ ਇੱਥੇ ਕਰ ਪੱਟਕੇ ਨੂੰ ਦੋਨੇ ਸਾਈਡ ਇੱਕੋ ਜਿਹਾ ਕਰ ਦਿਓ। ਅਤੇ ਪੂਰੀ ਟਾਈਟ ਕਰ ਲਿਓ, ਜਿਸ ਦੇ ਨਾਲ ਤੁਹਾਡਾ ਪੱਟਕਾ ਪੂਰਾ ਦਿਨ ਹੁੰਦੇ ਨਾ। ਜੋ ਵੀ ਦੇ ਸਕਦੇ ਪੱਟਕੇ ਥੋੜ੍ਹਾ ਜਿਹਾ ਟਾਈਟ ਕਰਕੇ ਗੰਢ ਦੇ ਦਿੱਤੀ ਹੈ। ਹੁਣ ਆਪਾਂ ਨੂੰ ਚਾਹੀਦਾ ਬਾਜ, ਜੋ ਜੀ ਦੇ ਸਕਦੇ ਹੋ। ਇਹ ਬਾਜ ਸਿੰਪਲ ਬਾਜ ਹੈ, ਇਸਨੂੰ ਪਹਿਲਾਂ ਉੱਪਰ ਵਾਲੇ ਨਹੀਂ ਸਕਦਾ, ਚੰਗੀ ਤਰ੍ਹਾਂ ਕਵਰ ਕਰ ਲਓ। ਇਹਨੂੰ ਇੱਥੋਂ ਪਕੜੋ ਕੰਨੀ ਤੋਂ, ਇਹਨੂੰ ਉੱਪਰ ਚੱਕ ਕੇ ਫਿਰ ਸੂਆ ਅੰਦਰ ਮਾਰੋ। ਇਹਦੇ ਨਾਲ ਬਾਜ ਚੰਗੀ ਤਰ੍ਹਾਂ ਅੰਦਰ ਹੋ ਜਾਂਦੇ ਨੇ। ਹੁਣ ਆਪਣੇ ਪੱਟਕੇ ਨੂੰ ਚੂਜ਼ ਲਓ ਉੱਪਰ ਅਤੇ ਪਿੱਛੋਂ ਬਾਜ ਮਾਰ ਲਓ। ਬਾਜ ਆਪਾਂ ਜਿਹੜਾ ਹੈਗਾ ਇੱਥੇ ਸ਼ੁਰੂ ਕਰਨਾ ਮਾਰਨਾ ਕੰਨ ਦੀ ਕੰਨੀ ਤੋਂ। ਜਿਹਦੇ ਨਾਲ ਹੈਡ ਪਿੱਛੋਂ ਸਾਰਾ ਕਵਰ ਹੋ ਜਾਂਦਾ। ਹੁਣ ਆਪਣਾ ਹੈਡ ਚੰਗੀ ਤਰ੍ਹਾਂ ਕਵਰ ਹੋ ਗਿਆ। ਜਿਸ ਦਿਨ ਜਦੋਂ ਵੀ ਤੁਸੀਂ ਇੱਧਰ ਸੂਆ ਮਾਰਦੇ ਹੋ ਮਗਰ ਮਾਰਦੇ ਹੋ, ਪਟਕਾ ਆਪਣੇ ਆਪ ਆਪਣੀ ਸ਼ੇਪ 'ਚ ਆ ਜਾਂਦਾ। ਦੋਨੇ ਪਾਸੇ ਪਕੜਿਆ, ਦੋਨੇ ਪਾਸੇ ਇੱਥੋਂ ਚੁੰਡੀ ਕਰਨੀ ਹੈ। ਇਹਦੇ ਨਾਲ ਪਟਕਾ ਜਿਹੜਾ ਆਪਣੀ ਸ਼ੇਪ ਲੈ ਲੈਂਦਾ। ਤੇਰਾ ਚੁੰਡੀ ਕਰਕੇ ਫਿਰ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਪਟਕੇ ਨੇ ਆਪਣੀ ਸ਼ੇਪ ਆਪਣੀ ਕੱਢ ਲਈ। ਮੈਂ ਖੁਦ ਕੱਢ ਲਈ। ਇੱਦਾਂ ਕਰਨ ਤੋਂ ਬਾਅਦ ਦੋਨੇ ਪਾਸੇ ਇੱਕ ਇਹ ਹੋ ਜਾਂਦਾ, ਇਹ ਉੱਪਰੋਂ ਭਰ ਜਾਂਦਾ, ਪਟਕਾ ਇੱਧਰੋਂ ਟਾਈਟ ਹੋ ਜਾਂਦਾ, ਇਸ ਲਈ ਇਹ ਭਰ ਗਿਆ। ਉਹਨਾਂ ਨੂੰ ਵੀ ਸਹੀ ਕਰਨ ਦਾ ਤਰੀਕਾ ਦੱਸੂੰਗਾ ਮੈਂ ਤੁਹਾਨੂੰ। ਪਟਕੇ ਨੂੰ ਜਮ੍ਹਾਂ ਉੱਥੇ ਮੋੜਨਾ ਜਿੱਥੋਂ ਇਹ ਕੰਨੀ ਮੂੜੀ ਸੀ। ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰਾ ਪਟਕਾ ਰੈਡੀ ਹਜੇ ਨਹੀਂ ਹੋਇਆ। ਸੂਆ ਇਹਦੇ ਵਿੱਚ ਧੁਰ ਤੋਂ ਲੈ ਕੇ ਇੱਧਰੋਂ ਵੀ ਧੁਰ ਤੋਂ ਲੈ ਕੇ ਨੀਚੇ ਤੱਕ ਹੁਣ ਇੱਕ ਵਾਰ ਪਿੱਛੇ ਬਾਜ ਮਾਰੋ। ਬਾਜ ਇੱਥੋਂ ਜੁੜ ਕੇ ਸਿਰੇ 'ਤੇ ਲੈ ਕੇ ਪੂਰਾ ਨੀਚੇ ਤੱਕ ਜਾਣਾ ਚਾਹੀਦਾ, ਤਾਂ ਕਿ ਪੱਟਕਾ ਤੁਹਾਡਾ ਡਿਜ਼ਾਇਨ ਚਾਹੀਦਾ ਪਿੱਛੋਂ। ਹਜੇ ਬਸ ਦੋ ਚੀਜ਼ਾਂ ਰਹਿ ਗਈਆਂ, ਪੱਟਕੇ ਨੂੰ ਇੱਧਰ ਪਲੇਨ ਕਰਨਾ ਅਤੇ ਉੱਤੇ ਡਿਜ਼ਾਇਨ ਪਾਉਣਾ। ਪੱਟਕਾ ਬਣਨਾ ਵੈਸੇ ਬਹੁਤ ਸੌਖਾ ਹੈ।
जूड़े के चंगी तरह बार मार लो ताकि जी आवली चीज़ है वो मोटी हो सके तो उपर डिजाइन पै सके। एक बार ये बिच मारो इदा करना एक बार फिर यह इदा हो जाएगा तो इस करके इस दिन टाइट मारो पूरी टाइट तरीके मारो जिम्मे कि तुम देख सकते हो हम किसी पास नहीं निकलिया जे एक बार तुम हाथ लगा के देख सकते हो जो तुम्हें लगता निकलिया तो तुम बार मार सकते हो। बाद इतों टेको इदा करना जो तुम कटके उपर चकना ता भी यह चक सकते हो देख सकते मेरी चीज देख सकते हो पड़का डिजाइन जा रहा दे दो डिजाइन हो गया एक देख सकते हो इधर ये बिल्कुल प्लेन हो गया एक डिजाइन हो रहा एक चूंडी इन्नी पढ़ के ऐ कर लो बस आप पकड़ना यदि इतों कन्नी तो आ ये तो तीन बार मार लो एक बार इधर एक बार इधर एक बार फिर इधर जब तुम देख सकते इधर ये मोटा पै गया तो ये इदा बार मारो तो चुंडी बाली जोर भी नहीं तो बाली हल्की भी नहीं ठीक ठाक जी पर चुंडी भरने तो बाद इदा खिंचो जी आ चीज़ है ये तिखी होने लग जाएगी हम गेट जो जिस देख सकते हो कुर्ता पूरा रेडी है इस शेप में पग वाले भीर तो सीखे है जिम्मे पग के लड़ा शेप आते हैं मैं भी इधर ही शेप पाई है तो कम लगे तो मेरा कुर्ता भी चंगा लगे तो वीडियो लाइक सबसक्राइब तो शेयर तो जरूर कर दो चैनल तो मैं पता ही है कि करना।